ਪੰਜਾਬ ਦੇ ਵਿੱਚ ਨਸ਼ੇ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਸੇ ਦੇ ਚੱਲਦੇ ਹੁਣ ਜਗ੍ਹਾ ਜਗ੍ਹਾ ਤੇ ਇਸ ਦੇ ਖਿਲਾਫ ਜਾਗਰੂਕਤਾ ਅਭਿਆਨ ਚਲਾਏ ਜਾ ਰਹੇ ਨੇ। ਇਸੇ ਤਹਿਤ ਹੁਸ਼ਿਆਰਪੁਰ ਦੇ ਟਾਂਡਾ ਦੇ ਵਿੱਚ ਸਿਲਵਰ ਓਕ ਇੰਟਰਨੈਸ਼ਨਲ ਸਕੂਲ ਦੇ ਗਰੁੱਪਾਂ ਦੇ ਵੱਲੋਂ ਨਸ਼ੇ ਦੇ ਵਿਰੁੱਧ ਪੈਦਲ ਮਾਰਚ ਕੱਢਿਆ ਗਿਆ, ਜਿਸ ਦੇ ਵਿੱਚ 120 ਬੱਚਿਆਂ ਦੇ ਵੱਡੀ ਗਰੁੱਪਾਂ ਨੂੰ ਪੈਦਲ ਮਾਰਚ ਲਈ ਭੇਜਿਆ ਗਿਆ। ਇਸ ਮਾਰਚ ਦੀ ਅਗਵਾਈ ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਕੀਤੀ। ਇਸ ਮਾਰਚ ਦੇ ਦੌਰਾਨ ਬੱਚਿਆਂ ਦੇ ਹੱਥਾਂ ਦੇ ਵਿੱਚ ਨਸ਼ੇ ਦੇ ਖਿਲਾਫ ਨਾਰੇ ਲਿਖੀਆਂ ਤਖਤੀਆਂ ਫੜੀਆਂ ਹੋਈਆਂ ਸਨ, ਜੋ ਲੋਕਾਂ ਨੂੰ ਸੜਕਾਂ ਤੇ ਨਸ਼ੇ ਦੇ ਖਿਲਾਫ ਜਾਗਰੂਕ ਕਰਦੇ ਨਜ਼ਰ ਆਏ। ਇਸ ਰੈਲੀ ਦਾ ਸਵਾਗਤ ਵੇਵਜ਼ ਹਸਪਤਾਲ ਦੇ ਨਿਰਦੇਸ਼ਕ ਡਾਕਟਰ ਲਵਪ੍ਰੀਤ ਸਿੰਘ ਪਾਵਲਾ ਨੇ ਵੀ ਕੀਤਾ, ਜਿਨ੍ਹਾਂ ਨੇ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋਂ ਬੱਚਿਆਂ ਨੂੰ ਜਾਣੂ ਵੀ ਕਰਵਾਇਆ। ਇਹ ਰੈਲੀ ਰੇਲਵੇ ਸਟੇਸ਼ਨ ਟਾਂਡਾ, ਪੁਲਿਸ ਸਟੇਸ਼ਨ ਤੇ ਉੜਮੁੜ ਬਾਜ਼ਾਰ ਤੋਂ ਹੁੰਦੇ ਹੋਏ ਸਿਵਲ ਹਸਪਤਾਲ ਵਿਖੇ ਜਾ ਕੇ ਸੰਪੰਨ ਹੋਈ, ਜਿਸ ਦੀ ਸ਼ਹਿਰ ਵਾਸੀਆਂ ਨੇ ਵੀ ਤਾਰੀਫ ਕੀਤੀ। ਅਸੀਂ ਸਿਲਵਰ ਓਕ ਸਕੂਲ ਦੇ ਬੱਚੇ ਸਾਰੇ ਅੱਜ ਅਸੀਂ ਇੱਕ ਨਸ਼ਿਆਂ ਦੇ ਉੱਪਰ ਰੈਲੀ ਕੱਢੀਏ ਤਾਂ ਕਿ ਸਾਡਾ ਪੰਜਾਬ ਦਾ ਸਮਾਜ ਜੋ ਕਿ ਨਸ਼ਿਆਂ ਦੇ ਵਿੱਚ ਬੁਰੀ ਤਰ੍ਹਾਂ ਗਿਰ ਚੁੱਕਾ ਆ, ਉੱਥੇ ਜੋ ਸਾਡੇ ਨੌਜਵਾਨ ਅੱਜ ਨਸ਼ਿਆਂ ਦੇ ਵਿੱਚ ਗਿਰ ਕੇ ਆਪਣਾ ਘਰ ਬਰਬਾਦ ਕਰ ਰਹੇ ਨੇ, ਉਹਨਾਂ ਨੂੰ ਜਾਗਰੂਕ ਕਰਨ ਦੇ ਲਈ ਤਾਂ ਕਿ ਸਾਡੀ ਅੱਗੇ ਆਉਣ ਵਾਲੀ ਪੀੜ੍ਹੀ ਜੋ ਹੈ ਉਹ ਸਾਡੇ ਦੇਸ਼ ਲਈ ਤਰੱਕੀ ਕਰ ਸਕੇ, ਨਾ ਕਿ ਨਸ਼ਿਆਂ ਦੇ ਵਿੱਚ ਰੋਲ ਕੇ ਸਾਡੇ ਪੰਜਾਬ ਨੂੰ ਅਤੇ ਸਾਡੇ ਦੇਸ਼ ਦਾ ਨਾਮ ਜੋ ਹੈ ਮਿੱਟੀ ਵਿੱਚ ਮਿਲਾਵੇ, ਉਸ ਨੂੰ ਰੋਸ਼ਨ ਕਰਨ ਦੇ ਲਈ ਅਸੀਂ ਸਾਰੇ ਹੀ ਜੋ ਕਲਾਸ ਦੇ ਜਿਹੜੇ ਸਾਡੇ ਕਲਾਸਾਂ ਦੇ ਵਿੱਚ ਬੜੀ ਗਰੁੱਪ ਬਣਾਏ ਹੋਏ ਨੇ, ਉਹਨਾਂ ਨੇ ਬਹੁਤ ਹੀ ਸੁੰਦਰ ਸੁੰਦਰ ਪੋਸਟਰ ਬਣਾਏ ਹੋਏ ਨੇ, ਜਿਨ੍ਹਾਂ 'ਤੇ ਅਸੀਂ ਨਸ਼ਿਆਂ ਦੇ ਵਿਰੋਧ ਆਵਾਜ਼ ਉਠਾਈਏ, ਅਤੇ ਅੱਜ ਅਸੀਂ ਇਸ ਰੈਲੀ ਦੇ ਵਿੱਚ ਪੰਜਾਬ ਦੇ ਵਿੱਚੋਂ ਨਸ਼ੇ ਕੱਢਣ ਦੇ ਲਈ ਇਸ ਰੈਲੀ ਨੂੰ ਅਸੀਂ ਸਿਵਲ ਹੋਸਪਿਟਲ ਤੱਕ ਇੱਥੇ ਇਹਦਾ ਸਮਾਪਤ ਕੀਤਾ ਹੈ ਤਾਂ ਕਿ ਨਸ਼ੇ ਜੋ ਹਨ ਪੰਜਾਬ ਦੇ ਵਿੱਚੋਂ ਖਤਮ ਹੋ ਸਕਣ। ਇਸ 'ਤੇ ਅੱਜ ਸਿਲਵਰ ਓਕ ਇੰਟਰਨੈਸ਼ਨਲ ਸਕੂਲ ਸਹਿਬਾਜਪੁਰ ਨੇ ਇੱਕ ਰੈਲੀ ਕੱਢੀ, ਜਿਹੜੀ ਵੱਖ ਵੱਖ ਥਾਂ 'ਤੇ ਗਈ ਹੈ, ਪਰ ਉੱਥੇ ਜਾ ਕੇ ਨਸ਼ਿਆਂ ਪ੍ਰਤੀ ਜਾਗਰੂਕ ਕੀਤਾ, ਲੋਕਾਂ ਨੂੰ ਬਹੁਤ ਜ਼ਿਆਦਾ ਇੰਟਰਸਟ ਲਿਆ, ਬੱਚਿਆਂ ਨੇ ਵੀ ਅਤੇ ਜਿਹੜੇ ਦੇਖ ਰਹੇ ਸੀ ਉਹਨਾਂ ਨੇ ਬਹੁਤ ਜ਼ਿਆਦਾ ਇੰਟਰਸਟ ਲਿਆ। ਇਹ ਰੈਲੀ ਇੱਥੇ ਸਾਡੇ ਸਰਕਾਰੀ ਹਸਪਤਾਲ ਟਾਂਡਾ ਦੇ ਵਿੱਚ ਆ ਕੇ ਸਮਾਪਤ ਹੋਈ ਹੈ। ਇੱਥੇ ਵੀ ਬੱਚਿਆਂ ਨੇ ਬਹੁਤ ਜ਼ਿਆਦਾ ਸਪੀਚਸ ਦਿੱਤੀਆਂ ਔਰ ਨਸ਼ਿਆਂ ਬਾਰੇ ਪੂਰਾ ਜਾਗਰੂਕ ਕੀਤਾ। ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ, ਜਿਹੜੇ ਇਸ ਵੇਲੇ 10 ਤੋਂ 20 ਸਾਲ ਦੇ ਬੱਚੇ ਆ, ਉਹ ਬਹੁਤ ਜਾਗਰੂਕ ਹੈ ਇਸ ਪ੍ਰਤੀ, ਔਰ ਮੈਨੂੰ ਨਹੀਂ ਲੱਗਦਾ ਵੀ ਇਹ ਵੱਡੇ ਹੋ ਕੇ ਨਸ਼ੇ ਕਰਨਗੇ, ਕਿਉਂਕਿ ਜਿਹੜੇ ਪਹਿਲੇ ਅਡਲਟ ਪਹਿਲੇ ਹੋ ਚੁੱਕੇ ਬੱਚੇ ਜਿਹਨੂੰ ਨਸ਼ਾ ਲੱਗ ਚੁੱਕਾ ਆ, ਉਹ ਜ਼ਰੂਰ ਇਸ ਵੇਲੇ ਨਸ਼ੇ ਵਿੱਚ ਪੈ ਗਏ ਆ, ਲੇਕਿਨ ਉਹਨਾਂ ਵਾਸਤੇ ਵੀ ਸੈਂਟਰ ਖੋਲ੍ਹੇ ਗਏ ਆ। ਜਿਸ ਤਰ੍ਹਾਂ ਫਾਰ ਐਗਜ਼ਾਮਪਲ ਸਾਡੇ ਹਸਪਤਾਲ ਓਟ ਸੈਂਟਰ ਖੁੱਲ੍ਹਿਆ ਆ, ਇੱਥੇ ਕਰੀਬ ਕਰੀਬ ਅਸੀਂ 900 ਦੇ ਕਰੀਬ ਕਰੀਬ ਰਜਿਸਟ੍ਰੇਸ਼ਨ ਕਰ ਲਈ ਆ, ਔਰ 900 ਦੇ ਵਿੱਚੋਂ ਕਰੀਬ ਕਰੀਬ ਸਾਡੇ ਕੋਲ ਡੇਲੀ 250-300 ਜਿਹੜੇ ਬੱਚੇ ਉਹ ਆਉਂਦੇ ਆ, ਉਹ ਆਪਣਾ ਇਲਾਜ ਕਰ ਚੁੱਕੇ। ਬਹੁਤ ਸਾਰੇ ਬੱਚੇ ਇਲਾਜ ਹੋ ਚੁੱਕਾ ਆ, ਅਸੀਂ ਉਹਨੂੰ ਵਲੰਟਰੀ ਲੈ ਲਿਆ, ਅਸੀਂ ਉਹਨਾਂ ਨੂੰ ਸਿਖਾਇਆ ਵੀ ਤੁਸੀਂ ਅੱਗੇ ਜਾ ਕੇ ਬਾਕੀਆਂ ਨੂੰ ਕਿਸ ਤਰ੍ਹਾਂ ਜਾਗਰੂਕ ਕਰਨਾ। ਸਿਲਵਰ ਓਕ ਇੰਟਰਨੈਸ਼ਨਲ ਸਕੂਲ ਸ਼ਹਿਬਾਜਪੁਰ ਵੱਲੋਂ ਨਾ ਕਿ ਸਿਰਫ ਸਟੱਡੀ ਦੇ ਮਾਮਲੇ ਦੇ ਵਿੱਚ, ਪੜ੍ਹਾਈ ਦੇ ਮਾਮਲੇ ਵਿੱਚ ਜਾਂ ਇੱਕ ਕੁਆਲਿਟੀ ਐਜੂਕੇਸ਼ਨ ਦੇਣ ਦੇ ਮਾਮਲੇ ਵਿੱਚ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਅਤੇ ਇਹ ਸਕੂਲ ਵਚਨਬੱਧ ਵੀ ਹੈ। ਇਸ ਦੇ ਨਾਲ ਨਾਲ ਅਸੀਂ ਜਿਹੜੀਆਂ ਸਮਾਜਿਕ ਬੁਰਾਈਆਂ ਹਨ ਜਾਂ ਸਮਾਜ ਦੇ ਵਿੱਚ ਜੋ ਕੁਰੀਤੀਆਂ ਚੱਲ ਰਹੀਆਂ ਹਨ ਉਸ ਦੇ ਖਿਲਾਫ ਵੀ ਅਸੀਂ ਬੱਚਿਆਂ ਨੂੰ ਲੜਨ ਲਈ ਹੌਸਲਾ ਦਿੰਦੇ ਹਾਂ। ਇਸੇ ਲੜੀ ਦੇ ਵਿੱਚ ਸਕੂਲ ਨੇ ਗੌਰਮੈਂਟ ਦੇ ਪਦ ਚਿੰਨ੍ਹਾਂ 'ਤੇ ਚੱਲਦੇ ਹੋਏ ਬੱਡੀਜ਼ ਗਰੁੱਪ ਬਣਾਏ ਹਨ। ਇਸ ਵੇਲੇ ਸਕੂਲ ਦੇ ਵਿੱਚ 176 ਬੱਡੀਜ਼ ਗਰੁੱਪ ਚੱਲ ਰਹੇ ਹਨ। ਹਰੇਕ ਗਰੁੱਪ ਦੇ ਵਿੱਚ 5 ਬੱਚੇ ਹਨ ਜੋ ਕਿ ਨਸ਼ਿਆਂ ਦੇ ਖਿਲਾਫ ਆਪਣੀ ਮੁਹਿੰਮ ਚਲਾ ਰਹੇ ਹਨ। ਟਾਂਡਾ ਤੋਂ ਰਵਿੰਦਰ ਸਿੰਘ ਦੀ ਰਿਪੋਰਟ। Hello everyone, my name is Deva Sethi. I am from Fagwada aur main 25 saal ki hu. One of my friend from Jalandhar, unhone mujhe body fat ke bare mein bataya. Sirf 3 mahine yahan pe spend karne ke baad maine total weight loss yahan pe 16 kg kiya hai aur mera inch loss bhi 70 plus kiya hai. I would like to say please come here for a healthy weight loss and you will see the results. Thank you so much. Ho ya khair hua sa